ਲਾਸਟ ਵੀਡੀਓ ਬੜੀ ਇੰਟੈਂਸੀ ਰਿਸਪਾਂਸ ਬੜਾ ਹੀ ਜ਼ਿਆਦਾ ਮਿਲਿਆ ਜਾਂ ਤੇ ਲੋਕਾਂ ਨੂੰ ਬਿਲਕੁਲ ਹੀ ਪਸੰਦ ਨਹੀਂ ਆਇਆ ਮੇਰਾ ਥਿ ਵ ਤੇ ਕੁਝ ਲੋਕਾਂ ਨੇ ਸਰਾਹਨਾ ਵੀ ਕੀਤੀ ਕਿ ਹਾਂ ਤੇਰਾ ਥਿ ਸਹੀ ਸੀ ਤੇ ਕੁਝ ਲੋਕਾਂ ਦੀ ਪਰਸੈਪਸ਼ਨ ਚੇਂਜ ਕਰਨ ਦੇ ਵਿੱਚ ਮੈਨੂੰ ਲੱਗਾ ਕਿ ਮੈਂ ਥੋੜੀ ਹੈਲਪ ਕੀਤੀ ਮੇਰੇ ਦੋਸਤਾਂ ਦੇ ਮੈਸੇਜ ਹੈ ਕਿ ਵੀਡੀਓ ਦੇਖਣ ਤੋਂ ਪਹਿਲਾਂ ਉਹਨਾਂ ਦਾ ਨਜ਼ਰੀਆ ਕੁਝ ਹੋਰ ਸੀ ਤੇ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦਾ ਨਜ਼ਰੀਆ ਥੋੜਾ ਬਦਲਿਆ ਚਲੋ ਇਹ ਪੋਡਕਾਸਟ ਇਹ YouTube ਚੈਨਲ ਇੰਨਾ ਗਰੋ ਹਜੇ ਤੱਕ ਨਹੀਂ ਹੋਇਆ ਬਟ ਫਿਰ ਵੀ ਬੜੀ ਪਾਵਰਫੁਲ ਫੀਲਿੰਗ ਸੀ ਕਿ ਲੋਕਾਂ ਦਾ ਨਜ਼ਰੀਆ ਵੀਡੀਓ ਦੇਖ ਕੇ ਬਦਲਿਆ ਹੁਣ ਇਮੇਜਿਨ ਕਰੋ ਕੋਈ ਵੀ ਪਲੈਟਫਾਰਮ ਕੋਈ ਵੀ ਨਿਊਜ਼ ਚੈਨਲ ਜਿੱਤੇ ਵਿਊਅਰਸ ਮਿਲੀਅਨਸ ਦੇ ਵਿੱਚ ਨੇ ਉਹ ਕਿਦਾਂ ਉਹਨਾਂ ਦਾ ਨਜ਼ਰੀਆ ਆਪਣੀ ਸੋਸਾਇਟੀ ਜਾਂ ਕਲਚਰ ਨੂੰ ਸ਼ੇਪ ਦੇ ਸਕਦੇ ਨੇ ਉਹਤੇ ਅੱਜ ਆਪਾਂ ਗੱਲ ਕਰਾਂਗੇ ਮੀਡੀਆ ਕਿੰਨਾ ਪਾਵਰਫੁਲ ਹੋ ਸਕਦਾ ਹੈ ਨੰਬਰ 1 ਐਗਜ਼ਾਮਪਲ ਮੈਂ ਪਹਿਲਾਂ ਦਵਾਂ ਡੋਨਲਡ ਟਰੰਪ ਦੀ 4 ਸਾਲ ਲਗਭਗ ਉਹਨੂੰ ਪਾਵਰ ਦੇ ਵਿੱਚ ਹੋਏ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਆਪਾਂ ਕੋਈ ਚੰਗੀ ਗੱਲ ਡੋਨਲਡ ਟਰੰਪ ਬਾਰੇ ਸੁਣੀ ਹੋਏਗੀ ਆਈ ਮੀਨ 4 ਸਾਲ ਹੋ ਰਿਹਾ ਉਹਨੇ ਇੱਕ ਵੀ ਇਦਾਂ ਦਾ ਕੰਮ ਨਹੀਂ ਕੀਤਾ ਕਿ ਉਹਦੀ ਸਰਾਹਨਾ ਹੋ ਸਕੇ ਕਦੇ ਟਾਈਮ ਲੱਗਾ ਤੇ ਡੋਨਲਡ ਟਰੰਪ ਤੇ ਆਪਾਂ ਖਾਸ ਐਪੀਸੋਡ ਕਰਾਂਗੇ ਨੰਬਰ 2 ਜਦੋਂ ਪੰਜਾਬ ਦੇ ਵਿੱਚ ਫਾਰਮਿੰਗ ਪ੍ਰੋਟੈਸਟ ਸ਼ੁਰੂ ਹੋਏ ਇੱਕ ਸਾਊਥ ਇੰਡੀਅਨ ਫਰੈਂਡ ਦਾ ਮੈਨੂੰ ਆਕੇ ਪੁੱਛਣਾ ਕਿ ਪੰਜਾਬ ਚ ਕੀ ਰੌਲਾ ਪਿਆ ਹੋਇਆ ਹੈ ਕਿਉਂ ਕਿਉਂ ਪੰਜਾਬੀ ਸੜਕਾਂ ਦੇ ਉੱਤਰੇ ਨੇ ਇਹ ਵੀ ਦਰਸਉਂਦਾ ਕਿ ਮੀਡੀਆ ਕਿਦਾਂ ਇੱਕ ਸਟੇਟ ਨੂੰ ਜਾਂ ਇੱਕ ਨਿਊਜ਼ ਨੂੰ ਦਬਾ ਕੇ ਸੋਸਾਇਟੀ ਨੂੰ ਸ਼ੇਪ ਕਰ ਸਕਦੀ ਹੈ ਤੇ ਕਿੰਨੀ ਪਾਵਰ ਰੱਖਦੀ ਹੈ ਮੀਡੀਆ ਉਹ ਤੇ ਆਪਾਂ ਗੱਲ ਕਰਦੇ ਹਾਂ ਕੱਕਬਲੀ ਪੋਡਕਾਸਟ ਇੱਕ ਵਾਰ ਫਿਰ ਤੁਮੇ ਸਾਰਿਆਂ ਦਾ ਸਵਾਗਤ ਕਰਦਾ ਤਿੰਨ ਜਨਰੇਸ਼ਨਾਂ ਮੈਂ ਦੇਖਦਾ ਪਹਿਲੀ ਜਨਰੇਸ਼ਨ ਆਪਣੇ ਦਾਦਾ ਦਾਦੀ ਦੀ ਜਦੋਂ ਉਹ ਖਬਰ ਲੈਂਦੇ ਸੀ ਨਿਊਜ਼ਪੇਪਰ ਦੇ ਵਿੱਚੋਂ ਨਿਊਜ਼ਪੇਪਰ ਦੇ 10 ਜਾਂ 20 ਵਰਕੇ ਹੁੰਦੇ ਸੀ ਤੇ ਦਸਾਂ 20ਾਂ ਵਰਕੀਆਂ ਦੇ ਵਿੱਚ ਲਗਭਗ ਸਾਰੀ ਨਿਊਜ਼ ਦਿੱਤੀ ਜਾਂਦੀ ਸੀ ਸਪੋਰਟਸ ਹੋ ਗਿਆ ਬਾਲੀਵੁੱਡ ਹੋ ਗਿਆ ਇੰਟਰਨੈਸ਼ਨਲ ਨਿਊਜ਼ ਬੀਜਪੀ ਨੇ ਕੀ ਆਖਿਆ ਕਾਂਗਰਸ ਨੇ ਕੀ ਆਖਿਆ ਤੇ ਪੜ ਕੇ ਉਹ ਇੱਕ ਆਪਣਾ ਸਿੱਟਾ ਕੱਢ ਸਕਦੇ ਸੀ ਪੜ ਕੇ ਦੋਵਾਂ ਸਾਈਡਾਂ ਨੂੰ ਕੰਪੇਅਰ ਕਰਕੇ ਤੇ ਰਿਐਕਸ਼ਨ ਵਾਸਤੇ ਉਹਨਾਂ ਕੋਲ ਕਾਫੀ ਟਾਈਮ ਸੀ ਤੇ ਓਵਰ ਦਾ ਟਾਈਮ ਉਹ ਸੋਚ ਕੇ ਇੱਕ ਓਪੀਨੀਅਨ ਆਪਣੀ ਫਾਰਮ ਕਰ ਸਕਦੇ ਸੀ ਤੇ ਕੰਪੀਟੀਸ਼ਨ ਬੜਾ ਲੈਸ ਸੀ ਦੋ ਜਾਂ ਤਿੰਨ ਅਖਬਾਰਾਂ ਹੋਣਗੀਆਂ ਉਸ ਟਾਈਮ ਅਜੀਤ ਜਗਬਾਣੀ ਤੇ ਕਈਆਂ ਕਰਾਂ ਦੇ ਵਿੱਚ ਦੋਵੇਂ ਆ ਤਿੰਨੇ ਅਖਬਾਰਾਂ ਹੁੰਦੀਆਂ ਸੀ ਤਾਂ ਕਿ ਉਹ ਸਾਰਾ ਆ ਜੋ ਵੀ ਸੋਸਾਇਟੀ ਦੇ ਵਿੱਚ ਚੱਲ ਰਿਹਾ ਉਹ ਪੜ ਸਕਣ ਦੂਜੀ ਜਨਰੇਸ਼ਨ ਆਪਣੇ ਪੇਰੈਂਟਸ ਆਪਣੇ ਮੰਮੀ ਡੈਡੀ ਉਹਨਾਂ ਦੀ ਜਨਰੇਸ਼ਨ ਨੇ ਨਿਊਜ਼ ਲੈਣੀ ਸ਼ੁਰੂ ਕੀਤੀ ਟੀਵੀ ਦੇ ਵਿੱਚੋਂ ਹੁਣ ਕੰਪੀਟੀਸ਼ਨ ਥੋੜਾ ਵੱਧ ਗਿਆ ਤੇ ਹੁਣ ਉਹੀ ਨਿਊਜ਼ ਚੈਨਲ ਅੱਗੇ ਸੀ ਜੋ ਸਭ ਤੋਂ ਪਹਿਲੋਂ ਖਬਰ ਦੇਵੇ ਸਭ ਤੋਂ ਪਹਿਲੋਂ ਖਬਰ ਦੇਣ ਦੇ ਵਿੱਚ ਪ੍ਰੋਬਲਮ ਇਹ ਸੀ ਕਿ ਜੋ ਤੱਥਾਂ ਦੀ ਜੋ ਫੈਕਟ ਚੈਕਿੰਗ ਹੈ ਉਹ ਬੜੀ ਘਟ ਗਈ ਕਿਉਂਕਿ ਕੰਪੀਟੀਸ਼ਨ ਹਾਈ ਸੀ ਸਭ ਤੋਂ ਪਹਿਲਾਂ ਸਭ ਤੋਂ ਅੱਗੇ ਰਹਿਣਾ ਜ਼ਿਆਦਾ ਜ਼ਰੂਰੀ ਸੀ ਹੁਣ ਆਉਂਦੀ ਏ ਆਪਣੀ ਜਨਰੇਸ਼ਨ ਜਿਹੜੀ ਹਰੇਕ ਚੀਜ਼ ਆਪਣੀ ਸਕਰੀਨਾਂ ਦੇ ਵਿੱਚੋਂ ਲੈਂਦੀ ਏ ਮੇਰੇ ਖਾਲ ਕੋਈ ਹੀ ਹੋਏਗਾ ਜੋ ਹੁਣ ਟੀਵੀ ਦੇਖਦਾ ਹੈ ਹੁਣ ਕੰਪੀਟੀਸ਼ਨ ਫੋਨਾਂ ਤੇ ਬੜਾ ਹਾਈ ਹੋ ਗਿਆ ਹਰ ਚੀਜ਼ ਫ੍ਰੀ ਮਿਲਦੀ ਏ ਤੇ ਮੈਂ ਮੰਨਦਾ ਕਿ ਨਿਊਜ਼ ਚੈਨਲਾਂ ਫੇਸਬੁਕ ਇਨਸਟਾ ਸਨੈਪਚੈਟ ਦੇ ਨਾਲ ਨਾਲ ਹਰੇਕ ਬੰਦਾ ਜੋ ਇਨਵੋਲਡ ਹੈ ਜੋ ਦੇਖ ਵੀ ਰਿਹਾ ਉਹ ਵੀ ਇੱਕ ਮੀਡੀਆ ਹੀ ਹੈ ਹੁਣ ਸਿਚੁਏਸ਼ਨ ਕੀ ਹੈ ਕਿ ਜੋ ਕਮਰੇ ਦੇ ਵਿੱਚ ਦੋ ਜਣੇ ਬੈਠੇ ਨੇ ਭਾਵੇਂ ਉਹ ਦੋਸਤ ਨੇ ਬੜੇ ਗੂੜੇ ਉਹ ਦੋਵੇਂ ਅਲੱਗ-ਅਲੱਗ ਦੁਨੀਆ ਨੂੰ ਬਿਲੋਂਗ ਕਰਦੇ ਨੇ ਮੈਟਰ ਕਰਦਾ ਹੈ ਕਿ ਉਹਨਾਂ ਦੀ ਏਜ ਕੀ ਹੈ ਉਹਨਾਂ ਦੀ ਲੋਕੇਸ਼ਨ ਕੀ ਹੈ ਜਿੱਥੇ ਬੈਠ ਕੇ ਉਹ ਨਿਊਜ਼ ਲੈ ਰਹੇ ਨੇ ਤੇ ਉਹ ਕਿਹੜੇ ਲੋਕਾਂ ਨੂੰ ਫੋਲੋ ਕਰਦੇ ਨੇ ਇੰਸਟਾ ਤੇ ਫੇਸਬੁੱਕ ਦੇ ਉੱਤੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਇਹ ਸਾਰੇ ਫੈਕਟਰਾਂ ਨੂੰ ਮਿਲਾ ਕੇ ਫੇਸਬੁੱਕ ਇੰਸਟਾ ਜਾਂ ਹੋਰ ਪਲੇਟਫਾਰਮ ਡਿਸਾਈਡ ਕਰਦੇ ਨੇ ਕਿ ਆਪਾਂ ਨੂੰ ਕਿਹੜੀ ਨਿਊਜ਼ ਪੇਸ਼ ਕੀਤੀ ਜਾਵੇ ਚਲੋ ਆਪਾਂ ਐਕਟਰਸ ਨੂੰ ਫੋਲੋ ਕਰਦੇ ਆਂ ਜਾਂ ਗੱਡੀਆਂ ਨੂੰ ਗੱਡੀਆਂ ਦੇ ਪੇਜ ਫੋਲੋ ਕਰਦੇ ਆਂ ਉਹ ਮੈਟਰ ਨਹੀਂ ਕਰਦਾ ਬਟ ਜਦੋਂ ਆਪਾਂ ਸੀਰੀਅਸ ਨਿਊਜ਼ ਵੀ ਇਹੀ ਪਲੇਟਫਾਰਮਾਂ 'ਚ ਲੈਨੇ ਆ ਇਹ ਇੱਕ ਦਿੱਕਤ ਏ ਜਦੋਂ ਆਪਾਂ ਕਹਿੰਨੇ ਆ ਕਿ ਹਰ ਚੀਜ਼ ਫ੍ਰੀ ਏ ਆਪਾਂ ਇੰਜੋਏ ਕਰਦੇ ਆ ਫੇਸਬੁੱਕ ਫ੍ਰੀ ਏ ਸਨੈਪਚੈਟ ਫ੍ਰੀ ਏ ਇਨਸਟਾ ਫ੍ਰੀ ਏ ਬਟ ਨਹੀਂ ਜਦੋਂ ਆਪਾਂ ਫ੍ਰੀ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਆ ਤੇ ਆਪਾਂ ਪ੍ਰੋਡਕਟ ਬਣ ਜਾਂਦੇ ਆ ਹੁਣ ਇਹ ਸਾਰੇ ਪਲੇਟਫਾਰਮ ਆਪਣੀ ਅਟੈਂਸ਼ਨ ਵਾਸਤੇ ਲੜ ਰਹੇ ਨੇ ਹਰੇਕ ਤੁਸੀਂ ਨਿਊਜ਼ ਪੜੋ ਹੈਡਲਾਈਨਸ ਇੰਨੀਆਂ ਮਸਾਲੇਦਾਰ ਹੁੰਦੀਆਂ ਇੰਨੀਆਂ ਸੰਸਨੀ ਵਾਲੀਆਂ ਹੁੰਦੀਆਂ ਕਿ ਮੈਂ ਕਈਆਂ ਤੇ ਕਲਿੱਕ ਵੀ ਕੀਤਾ ਤੇ ਉਹਨਾਂ ਦੇ ਅੰਦਰ ਕੁਝ ਨਹੀਂ ਹੁੰਦਾ ਬਿਲਕੁਲ ਨੋਰਮਲ ਸਪੀਚ ਹੁੰਦੀ ਹੈ ਬਟ ਹੈਡਲਾਈਨ ਐਦਾਂ ਦਿੱਤੀ ਜਾਂਦੀ ਹੈ ਕਿ ਉਹ ਤੁਹਾਨੂੰ ਪਹਿਲਾਂ ਹੀ ਗੁੱਸਾ ਜਿਹੜਾ ਦਿੰਦੀ ਹੈ ਜਾਂ ਪਹਿਲੋਂ ਹੀ ਸੰਸਨੀ ਵਾਲੀ ਫੀਲਿੰਗ ਤੁਹਾਡੇ ਚ ਲੈ ਆਉਂਦੀ ਹੈ ਕਿ ਇਹ ਨੌਜਵਾਨ ਨੇ ਐਦਾਂ ਕਹਿ ਦਿੱਤਾ ਇਹ ਨੌਜਵਾਨ ਨੇ ਕੀਤਾ ਵੱਡਾ ਖੁਲਾਸਾ ਬੱਬੂ ਮਾਨ ਜਾਂ ਕੋਈ ਹੋਰ ਸਿੰਗਰ ਨੇ ਜੜ ਦਿੱਤਾ ਵੱਡਾ ਕੋਕਾ ਮਤਲਬ ਏ ਹੈਡਲਾਈਨਸ ਇਦਾਂ ਡਿਜ਼ਾਈਨ ਕੀਤੀਆਂ ਗਈਆਂ ਨੇ ਕਿ ਆਪਣੇ ਇਮੋਸ਼ਨਸ ਨੂੰ ਟ੍ਰਿਗਰ ਕਰਨਾ ਜਾਂ ਤੇ ਆਪਾਂ ਨੂੰ ਗੁੱਸਾ ਚੜਾਉਣਾ ਜਾਂ ਆਪਣੀ ਇਨਸੈਕਿਉਰਿਟੀਆਂ ਦੀਆਂ ਪੁਸ਼ਟੀਕਰਨ ਬੜੀ ਟੈਂਪਟੇਸ਼ਨ ਹੁੰਦੀ ਏ ਇਦਾਂ ਦੀ ਹੈਡਲਾਈਨਸ ਪੜ ਕੇ ਬਟ ਖਬਰ ਸੁਣੋ ਤੇ ਖਬਰ ਦੇ ਵਿੱਚ ਕੋਈ ਜ਼ਿਆਦਾ ਤੱਥ ਨਹੀਂ ਹੁੰਦੇ ਜਾਂ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਜੋ ਆਪਣੀ ਲਾਈਫ ਨੂੰ ਇੰਪਰੂਵ ਕਰੇ ਸਿਰਫ ਆਪਣੀ ਅਟੈਂਸ਼ਨ ਲੈਣ ਦੇ ਖਾਤਰ ਇਦਾਂ ਦੀਆਂ ਹੈਡਲਾਈਨਸ ਕੜੀਆਂ ਜਾਂਦੀਆਂ ਨੇ ਜਦੋਂ ਓਵਰਟਾਈਮ ਇਦਾਂ ਦੀਆਂ ਨਿਊਜ਼ ਤੁਸੀਂ ਸੁਣਦੇ ਹੋ ਜਾਂ ਇਦਾਂ ਦੀਆਂ ਹੈਡਲਾਈਨਸ ਤੁਸੀਂ ਪੜ੍ਹਦੇ ਰਹਿੰਦੇ ਹੋ ਤੇ ਤੁਸੀਂ ਇਹਨਾਂ ਦੇ ਆਦੀ ਹੋ ਜਾਂਦੇ ਹੋ ਉਸ ਤੋਂ ਬਾਅਦ ਜੇ ਕੋਈ ਵੀ ਨਾਰਮਲ ਨਿਊਜ਼ ਹੋਏਗੀ ਤੁਹਾਨੂੰ ਬਿਲਕੁਲ ਉਸ ਚ ਇੰਟਰਸਟ ਨਹੀਂ ਹੋਏਗਾ ਤੁਸੀਂ ਹਮੇਸ਼ਾ ਚਾਹੋਗੇ ਕਿ ਕੁਝ ਮਸਾਲੇਦਾਰ ਕੁਝ ਸਸੰਸਨੀ ਵਾਲੀ ਤੁਸੀਂ ਖਬਰ ਸੁਣੋ ਤੇ ਮੈਂ ਮੰਨਦਾ ਕਿ ਹੁਣ ਇਨਫੋਰਮੇਸ਼ਨ ਆਪਣੇ ਕੋਲ ਇੰਨੀ ਜ਼ਿਆਦੀ ਹੈ ਇਨਫੋਰਮੇਸ਼ਨ ਅਪਾ ਹਰ ਤਰ੍ਹਾਂ ਦੀ ਐਕਸੈਸ ਕਰ ਸਕਦੇ ਆ ਤੇ ਇਹ ਸਾਰੀ ਇਨਫੋਰਮੇਸ਼ਨ ਨੂੰ ਲੋਕਾਂ ਨੂੰ ਕੋਲ ਲਿਆਉਣ ਦਾ ਕੰਮ ਕਰਨਾ ਚਾਹੀਦਾ ਬਟ ਬਿਲਕੁਲ ਆਪੋਜ਼ਿਟ ਹੋ ਰਿਹਾ ਹੈ ਜ਼ਿਆਦੀ ਇਨਫੋਰਮੇਸ਼ਨ ਮੈਨੂੰ ਲੱਗਦਾ ਹੈ ਕਿ ਲੋਕੀ ਹੋਰ ਵੀ ਦੂਰ ਜਾ ਰਹੇ ਨੇ ਜਦੋਂ ਤੁਸੀਂ ਇੱਕ ਤਰ੍ਹਾਂ ਦੀ ਵੀਡੀਓ ਦੇਖਣਾ ਸ਼ੁਰੂ ਕਰ ਦਿੰਦੇ ਹੋ ਜਾਂ ਇੱਕ ਤਰ੍ਹਾਂ ਦੀ ਨਿਊਜ਼ ਦੇਖਣਾ ਸ਼ੁਰੂ ਕਰ ਦਿੰਦੇ ਹੋ ਤੇ ਇਦਾਂ ਦੇ ਪਲੇਟਫਾਰਮ ਤੁਹਾਨੂੰ ਉਦਾਂ ਦੀਆਂ ਹੀ ਖਬਰਾਂ ਹੋਰ ਦਿੰਦੇ ਨੇ ਤੇ ਲੋਕੀ ਆਪਣੀ opinion shape ਕਰ ਲੈਂਦੇ ਨੇ ਆਪਣੀ opinion ਬਣਾ ਲੈਂਦੇ ਨੇ ਇੱਕ ਇੱਕ ਤਰ੍ਹਾਂ ਦੀ ਵੀਡੀਓ ਹੀ ਦੇਖ ਕੇ ਜਿੱਦਾਂ ਹੁਣ ਮੈਂ ਕਈ ਲੋਕਾਂ ਨਾਲ ਕੋਵਿਡ-19 ਦੀ ਗੱਲ ਕਰਾਂ ਤੇ ਕੁਝ ਲੋਕੀ ਮੰਨਦੇ ਨੇ ਜੀ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਕੁਝ ਲੋਕੀ ਮੰਨਦੇ ਨੇ ਇਹ ਸਿਰਫ ਅਫਵਾਹ ਹੈ ਮਤਲਬ ਇਹ ਦੋਵਾਂ ਸਾਈਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖਤਰਾ ਹੈ ਜਿਹੜੀ ਸਾਈਡ ਮੰਨਦੀ ਹੈ ਜੀ ਬਹੁਤ ਜ਼ਿਆਦਾ ਖਤਰਨਾਕ ਹੈ ਕੋਵਿਡ-19 ਉਹ ਘਰੋਂ ਬਾਹਰ ਨਿਕਲੇਗੀ ਹੀ ਨਹੀਂ ਤੇ ਜਿਹੜੀ ਸਾਈਡ ਕਹਿੰਦੀ ਏ ਜੀ ਕੋਵਿਡ ਸਿਰਫ ਅਫਵਾਹ ਏ ਉਹ ਕਿੰਨੇ ਜਾਣਿਆਂ ਨੂੰ ਅੱਗੇ ਕੋਵਿਡ ਫਿਲਾ ਸਕਦੀ ਏ ਤੇ ਕੋਈ ਵੀ ਇਹ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਪਤਾ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਨੂੰ ਨਹੀਂ ਪਤਾ ਤੁਸੀਂ ਐਟਲੀਸਟ ਰਿਸਰਚ ਤੇ ਕਰੋਗੇ ਬਟ ਨਹੀਂ ਆਪਾਂ ਇੱਕ ਜਾਂ ਦੋ ਵੀਡੀਓ ਦੇਖ ਕੇ ਆਪਣੀ opinion ਨੂੰ ਫਾਰਮ ਕਰ ਲੈਨੇ ਆ ਆਪਣੀ opinion ਬਣਾ ਲੈਨੇ ਆ ਤੇ ਲੋਕਾਂ ਨੂੰ ਇਹ ਕਨਸੀਡਰ ਕਰਨਾ ਚਾਹੀਦਾ ਕਿ ਜੋ ਵੀਡੀਓ ਬਣਾ ਰਿਹਾ ਹੈ ਜਾਂ ਜੋ ਨਿਊਜ਼ ਦੇ ਰਿਹਾ ਹੈ ਉਹ ਵੀ ਇੱਕ ਇਨਸਾਨ ਹੀ ਹੈ ਉਹ ਵੀ ਕਿਤਨਾ ਕਿਤੇ ਗਲਤੀ ਕਰ ਸਕਦਾ ਹੈ ਚਲੋ ਜਿੱਦਾਂ ਮੈਂ ਕਿਹਾ ਕਿ ਆਪਾਂ ਜਦੋਂ ਇੱਕ ਵੀਡੀਓ ਦੇਖਦੇ ਆ ਆਪਾਂ ਨੂੰ ਓਦਾਂ ਦੀਆਂ ਹੀ ਵੀਡੀਓਜ਼ ਓਦਾਂ ਦੀਆਂ ਹੀ ਨਿਊਜ਼ ਓਦਾਂ ਦੀਆਂ ਹੀ ਖਬਰਾਂ ਹਮੇਸ਼ਾ ਮਿਲਦੀਆਂ ਰਹਿਣੀਆਂ ਤੇ ਆਪਾਂ ਕੋਸ਼ਿਸ਼ ਨਹੀਂ ਕਰਦੇ ਦੂਜੀ ਨਿਊਜ਼ ਦੇਖਣ ਦੀ ਕਿਉਂਕਿ ਮੀਡੀਆ ਆਪਾਂ ਨੂੰ ਉਹੀ ਚੀਜ਼ ਜ਼ਿਆਦਾ ਮਸਾਲੇ ਨਾਲ ਵਾਰ-ਵਾਰ ਦਿਖਾ ਰਿਹਾ ਤੇ ਆਪਾਂ ਉਹੀ ਚੀਜ਼ ਵਾਰ-ਵਾਰ ਦੇਖ ਰਹੇ ਆ ਮੀਡੀਆ ਦਾ ਹਾਲ ਆਈਡੀਆ ਇਹੀ ਹੈ ਤੁਹਾਡੀ ਅਟੈਨਸ਼ਨ ਨੂੰ ਲੈਣਾ ਤਾਂ ਹੀਓ ਇਦਾਂ ਦੀਆਂ ਹੈਡਲਾਈਨਾਂ ਪਾਈਆਂ ਜਾਂਦੀਆਂ ਮੀਡੀਆ ਬਿਲਕੁਲ ਵੀ ਆਬਲੀਗੇਟਡ ਨਹੀਂ ਹੈ ਕਿਸੇ ਵੀ ਇਸ਼ੂ ਨੂੰ ਰਿਜ਼ੋਲਵ ਕਰਨ ਦੇ ਵਿੱਚ ਐਜ਼ ਲੌਂਗ ਐਜ਼ ਤੁਸੀਂ ਉਹਨਾਂ ਦੀ ਵੀਡੀਓ ਦੇਖਦੇ ਹੋ ਉਹ ਖੁਸ਼ ਨੇ ਉਹ ਭਾਵੇਂ ਇਨਫੋਰਮੇਸ਼ਨ ਗਲਤ ਹੋਵੇ ਜਾਂ ਸਹੀ ਹੋਵੇ ਤੁਹਾਡੀ ਅਟੈਨਸ਼ਨ ਜਿੰਨਾ ਚਿਰ ਉਹਨਾਂ ਦੀ ਵੀਡੀਓ ਤੇ ਹੈ ਉਹਨਾਂ ਦੀ ਨਿਊਜ਼ ਤੇ ਹੈ ਉਹ ਪੈਸੇ ਬਣਾ ਰਹੇ ਨੇ ਕਿਉਂਕਿ ਹੁਣ ਨਿਊਜ਼ ਚੈਨਲਾਂ ਦੇ ਵਿੱਚ ਯਾ ਸਹੀ ਨਿਊਜ਼ ਦੇਣ ਦੇ ਵਿੱਚ ਕੋਈ ਵੀ ਜ਼ਿਆਦਾ ਪੈਸੇ ਨਹੀਂ ਬਣਾਉਂਦਾ ਕਿਉਂਕਿ ਆਪਾਂ ਚੰਗੀਆਂ ਨਿਊਜ਼ ਸੁਣਨ ਦੇ ਵਿੱਚ ਇੰਟਰਸਟਿਡ ਹੈ ਹੀ ਨਹੀਂ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਹਰ ਇੱਕ ਚੀਜ਼ ਫ੍ਰੀ ਹੈ ਆਪਾਂ ਨੂੰ ਫ੍ਰੀ ਦੀਆਂ ਖਬਰਾਂ ਸੁਣਨਾ ਹੀ ਪਸੰਦ ਹੈ ਜਿਹਦੇ ਵਿੱਚ ਜ਼ਿਆਦਾ ਮਸਾਲਾ ਹੋਵੇ ਤੇ ਓਦਾਂ ਦੀਆਂ ਚੀਜ਼ਾਂ ਹੀ ਆਪਾਂ ਨੂੰ ਪੇਸ਼ ਕੀਤੀਆਂ ਜਾ ਰਹੀਆਂ ਚਲੋ ਇਹ ਹੋਈ ਪਲੈਟਫਾਰਮਸ ਦੀ ਗੱਲ ਇਹ ਹੋਈ ਨਿਊਜ਼ ਚੈਨਲਾਂ ਦੀ ਗੱਲ ਜਾਂ YouTube ਦੀ ਗੱਲ ਹੁਣ ਮੈਂ ਕਰਦਾ ਲੋਕਾਂ ਦੀ ਗੱਲ ਜਦੋਂ ਮੈਂ ਸ਼ੁਰੂ ਵੀਡੀਓ ਕੀਤੀ ਤੇ ਮੈਂ ਕਿਹਾ ਕਿ ਹਰੇਕ ਬੰਦਾ ਹੁਣ মিডিਆ ਹੈ ਹਰੇਕ ਜਾਣਾ ਜੋ ਵੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਜਾਂ YouTube ਤੇ ਬੈਠਾ ਹੈ ਉਹ ਸਾਰੇ মিডিਆ ਨੇ ਕਿਦਾਂ ਕੋਈ ਵੀ ਵੀਡੀਓ ਤੇ ਤੁਸੀਂ ਲਾਈਕ ਕਰੋ ਕਮੈਂਟ ਕਰੋ ਜਾਂ ਉਹਨੂੰ ਸ਼ੇਅਰ ਕਰੋ ਤੁਸੀਂ ਆਟੋਮੈਟਿਕਲੀ মিডিਆ ਬਣ ਜਾਂਦੇ ਹੋ ਤੁਸੀਂ ਹੈਲਪ ਕਰ ਰਹੇ ਹੋ ਉਹ ਵੀਡੀਓ ਨੂੰ ਉੱਪਰ ਆਉਣ ਦੇ ਵਿੱਚ ਇੱਕ ਰਿਸਰਚ ਇਹ ਸ਼ੋਅ ਕਰਦੀ ਹੈ ਕਿ ਜਿੰਨੇ ਤੁਸੀਂ ਨਵੇਂ ਹੋ ਇੰਟਰਨੈਟ ਤੇ ਚਾਂਸਸ ਓਨੇ ਹੀ ਜ਼ਿਆਦਾ ਨੇ ਕਿ ਤੁਸੀਂ ਜੋ ਵੀ ਇੰਟਰਨੈਟ ਤੇ ਦੇਖੋ ਉਹ ਤੁਸੀਂ ਸੱਚ ਮੰਨ ਲਓਗੇ ਬਟ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਇੰਟਰਨੈਟ ਤੇ ਪੁਰਾਣੇ ਹੋ ਤੁਸੀਂ ਇਮਿਊਨ ਹੋ ਇੱਥੇ ਮੈਂ ਦੋ ਐਗਜ਼ਾਮਪਲਾਂ ਦਵਾਂਗਾ ਕਿ ਲੋਕੀ ਕਿਦਾਂ ਮੀਡੀਆ ਬਣ ਕੇ ਕੁਝ ਸੀਰੀਅਸ ਡੈਮੇਜ ਕਰ ਸਕਦੇ ਨੇ ਸੋਸਾਇਟੀ ਦੇ ਵਿੱਚ ਇੱਕ ਐਗਜ਼ਾਮਪਲ ਪਹਿਲਾ ਐਗਜ਼ਾਮਪਲ ਬੜਾ ਹਲਕਾ ਫੁਲਕਾ ਇਹ ਮੇਰਾ ਦੋਸਤ ਇੱਕ ਬੜਾ ਪੜਿਆ ਲਿਖਿਆ ਬੜਾ ਟੈਕ ਸੈਵੀ ਸੁਣ ਕੇ ਸ਼ਾਇਦ ਮੈਨੂੰ ਹੁਣ ਗਾਲਾਂ ਵੀ ਕੱਢੇ ਉਹਨੇ ਬੀਤੇ ਦਿਨੀ ਇੱਕ ਇਮੇਜ ਇੱਕ ਫੋਟੋ ਸ਼ੇਅਰ ਕੀਤੀ ਓਬਾਮਾ ਦੀ ਹੱਥ ਮਿਲਾ ਰਿਆ ਸੀ ਮੋਦੀ ਦੇ ਨਾਲ ਤੇ ਓਬਾਮਾ ਨੇ ਪੋਸਟ ਤੇ ਲਿਖਿਆ ਸੀ ਕਿ ਮੈਂ ਬੜਾ ਸ਼ਰਮਸਾਰ ਹਾਂ ਕਿ ਮੈਂ ਇਹ ਬੰਦੇ ਨਾਲ ਹੱਥ ਮਿਲਾਇਆ ਚਲੋ ਜਦੋਂ ਇਹ ਫੋਟੋ ਉਹਨੇ ਪੋਸਟ ਕੀਤੀ ਉਦੋਂ ਕਰਨੇ ਸ਼ੁਰੂ ਹੋਏ ਸੀ ਆਪਾਂ ਬਿਲਕੁਲ ਆਪਾਂ ਮੰਨਦੇ ਆ ਕਿ ਆਪਣੇ ਮੋਦੀ ਦੇ ਨਾਲ ਬੜੇ ਵਿਤਕਰੇ ਨੇ ਬਟ ਇਹ ਆਪਾਂ ਨੂੰ ਕੋਈ ਰਾਈਟ ਨਹੀਂ ਦਿੰਦਾ ਕਿ ਆਪਾਂ ਗਲਤ ਇਨਫੋਰਮੇਸ਼ਨ ਬਾਹਰ ਫਲਾਈਏ ਜੇ ਆਪਾਂ ਇਦਾਂ ਕਰਾਂਗੇ ਤੇ ਦੂਜੀ ਸਾਈਡ ਨੂੰ ਵੀ ਰਾਈਟ ਹੈ ਕਿ ਆਪਣੇ ਬਾਰੇ ਗਲਤ ਚੀਜ਼ਾਂ ਫਲਾਵੇ ਚਲੋ ਉਹਨੂੰ ਮੈਂ ਟੈਕਸਟ ਕੀਤਾ ਆਪਣੇ ਦੋਸਤ ਨੂੰ ਮੈਂ ਕਿਹਾ ਕਿ ਪੱਕੀ ਗੱਲ ਹੈ ਉਹ ਬਾਬਾ ਨੇ ਇਹ ਗੱਲ ਕਹੀ ਫਿਰ ਉਹਨੇ ਕੁਝ ਮਿੰਟ ਬਾਅਦ ਰਿਪਲਾਈ ਕੀਤਾ ਕਿ ਸੌਰੀ ਉਹ ਸਮਝ ਗਿਆ ਸੀ ਉਹਨੇ ਆ ਜੋ ਫੋਟੋ ਸੀ ਜਾਂ ਪੋਸਟ ਸੀ ਉਹਨੇ ਡਿਲੀਟ ਕੀਤੀ ਇਹ ਸੀ ਚਲੋ ਹਲਕਾ ਫੁਲਕਾ ਐਗਜ਼ਾਮਪਲ ਐਗਜ਼ਾਮਪਲ ਨੰਬਰ 1 ਐਗਜ਼ਾਮਪਲ ਨੰਬਰ 2 ਸੀਰੀਅਸ ਗਲਤ ਇਨਫੋਰਮੇਸ਼ਨ ਨਾਲ ਕਿੰਨਾ ਜ਼ਿਆਦਾ ਡੈਮੇਜ ਹੋ ਸਕਦਾ 2018 ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਇੱਕ ਬੰਦੇ ਨੇ ਇੱਕ ਫੇਕ ਪੋਸਟ ਪਾਈ ਕਿ ਮੁਸਲਿਮ ਕਮਿਊਨਿਟੀ ਦੇ ਕੋਲ 23000 ਨਸਬੰਦੀ ਗੋਲੀਆਂ ਨੇ ਤੇ ਉਹ ਇਹ ਨਸਬੰਦੀ ਗੋਲੀਆਂ ਵਰਤਣਗੇ ਬੋਧ ਧਰਮ ਦੇ ਅਗੇਂਸਟ ਜਾਂ ਉਹਨਾਂ ਦੀ ਕਮਿਊਨਿਟੀ ਦੇ ਅਗੇਂਸਟ ਇਹ ਪੋਸਟ ਵਾਇਰਲ ਹੋਈ ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਬੋਧ ਧਰਮ ਦੀ ਕਮਿਊਨਿਟੀ ਨੇ ਹਥਿਆਰਾਂ ਦੀਆਂ ਫੋਟੋਆਂ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ ਕਿ ਜੇ ਉਹ ਗੋਲੀਆਂ ਵਰਤਣਗੇ ਤੇ ਆਪਾਂ ਹਥਿਆਰ ਵਰਤਾਂਗੇ ਉਹ ਕਮਿਊਨਿਟੀ ਦੇ ਵਿਰੁੱਧ ਤੇ ਤਿੰਨ ਦਿਨਾਂ ਦੇ ਅੰਦਰ ਅੰਦਰ ਦੰਗੇ ਹੋਣੇ ਸ਼੍ਰੀਲੰਕਾ 'ਚ ਸ਼ੁਰੂ ਹੋ ਗਏ ਮੁਸਲਮਾਨਾਂ ਦੇ ਘਰ ਸਾੜੇ ਗਏ ਮਸਜਿਦ ਨੂੰ ਸਾੜ ਦਿੱਤਾ ਗਿਆ ਲੋਕਾਂ ਨੂੰ ਕੁੱਟਿਆ ਗਿਆ ਬੀਟ ਕੀਤਾ ਗਿਆ ਤੇ ਇੱਕ ਆਦਮੀ ਨੂੰ ਜ਼ਿੰਦਾ ਵੀ ਸਾੜਿਆ ਤੇ ਇਹ ਇਤੋਂ ਤੁਸੀਂ ਜਾਣ ਸਕਦੇ ਹੋ ਕਿ ਇੱਕ ਫੇਕ ਪੋਸਟ ਕਿੰਨਾ ਜ਼ਿਆਦਾ ਡੈਮੇਜ ਕਰ ਸਕਦੀ ਹੈ ਸੋਸਾਇਟੀ ਦੇ ਵਿੱਚ ਹੁਣ ਸਿੱਟਾ ਕੀ ਹੈ ਇਹ ਇਸ਼ੂ ਦਾ ਇਹ ਮੀਡੀਆ ਦਾ ਇਹ ਫੇਕ ਨਿਊਜ਼ ਦਾ ਨੰਬਰ 1 ਆਪਾਂ ਨੂੰ ਫਰਕ ਜਾਨਣਾ ਪਏਗਾ ਨਿਊਜ਼ ਦੇ ਵਿੱਚ ਤੇ ਜਰਨਲਿਜ਼ਮ ਦੇ ਵਿੱਚ ਪੱਤਰਕਾਰ ਕੌਣ ਨੇ ਤੇ ਖਬਰਾਂ ਕੀਨ ਐ ਕਿਉਂਕਿ ਅੱਜ ਕੱਲ ਸਭ ਜਾਣਿਆ ਹਰੇਕ ਚੈਨਲ ਮੀਡੀਆ ਚੈਨਲ ਜਾਂ ਫੇਸਬੁੱਕ ਤੇ ਵੀ ਜਿੰਨੇ ਚੈਨਲ ਬਣੇ ਨੇ YouTube ਤੇ ਵੀ ਜਿੰਨੇ ਚੈਨਲ ਬਣੇ ਨੇ ਹਮੇਸ਼ਾ ਉਹ ਪਹਿਲੇ ਨੰਬਰ ਤੇ ਰਹਿਣਾ ਚਾਹੁੰਦੇ ਨੇ ਆ ਰਿਪੋਰਟ ਸਭ ਤੋਂ ਪਹਿਲੋਂ ਕਰਨਾ ਚਾਹੁੰਦੇ ਨੇ ਕੌਣ ਸਹੀ ਏ ਜਾਂ ਕੌਣ ਗਲਤ ਇਹ ਮੈਟਰ ਨਹੀਂ ਕਰਦਾ ਕੋਈ ਫੈਕਟ ਚੈਕਿੰਗ ਪਿੱਛੇ ਨਹੀਂ ਹੁੰਦੀ ਜਦੋਂ ਆਪਾਂ ਜਰਨਲਿਜ਼ਮ ਦੀ ਗੱਲ ਕਰਦੇ ਆ ਪੱਤਰਕਾਰੀ ਦੀ ਗੱਲ ਕਰਦੇ ਆ ਤੇ ਇੱਕ ਨਿਊਜ਼ ਘੜਨ ਵਾਸਤੇ ਹਫਤੇ ਵੀ ਲੱਗ ਸਕਦੇ ਨੇ ਮਹੀਨੇ ਵੀ ਲੱਗ ਸਕਦੇ ਨੇ ਉਹਦੀ ਜੜ ਤੱਕ ਪਹੁੰਚਣ ਵਾਸਤੇ ਬਟ ਨਿਊਜ਼ ਦੇ ਵਿੱਚ ਖਬਰਾਂ ਦੇ ਵਿੱਚ ਇਨਫੋਰਮੇਸ਼ਨ ਕੁਝ ਵੀ ਹੋ ਸਕਦੀ ਹੈ ਤੁਸੀਂ ਆਪਣੇ ਤੱਥ ਬਣਾ ਸਕਦੇ ਹੋ ਹੁਣ ਅੱਜ ਕੱਲ ਇੰਡੀਆ 'ਚ ਟ੍ਰੈਂਡ ਏ ਪ੍ਰੋਪਗੈਂਡਾ ਨਿਊਜ਼ ਦਾ ਜੀ ਨਿਊਜ਼ ਤੁਸੀਂ ਦੇਖੋ ਕੋਈ ਨਿਊਜ਼ ਦੇ ਵਿੱਚ ਉਹਨਾਂ ਦੇ ਫੈਕਟ ਨਹੀਂ ਨੇ ਕੋਈ ਤੱਥ ਨਹੀਂ ਨੇ ਕੁਝ ਵੀ ਜੋ ਵੀ ਚੀਜ਼ ਭਾਜਪੀ ਨੂੰ ਫਾਇਦਾ ਦਿੰਦੀ ਹੈ ਉਹ ਉਹਨਾਂ ਦੀ ਨਿਊਜ਼ ਹੈ ਹੁਣ ਕੋਵਿਡ-19 ਦੀ ਵੈਕਸੀਨ ਆਈ ਉਹ ਸਿਰਫ ਕੋਵਿਡ-19 ਦੀ ਵੈਕਸੀਨ ਨੂੰ ਐਦਾਂ ਪ੍ਰਮੋਟ ਕਰ ਰਹੇ ਨੇ ਕਿ ਉਹ ਇੰਡੀਆ ਨੇ ਬਣਾਈ ਇਹ ਤੁਸੀਂ ਲਾਓ ਉਹਦੇ ਪਿੱਛੇ ਕੋਈ ਫੈਕਟ ਚੈਕਿੰਗ ਨਹੀਂ ਕਿ ਉਹ ਕਿੱਦਾਂ ਅਸਰ ਕਰੇਗੀ ਲੋਕਾਂ ਦੇ ਸਰੀਰ ਦੇ ਉੱਤੇ ਬਟ ਨਹੀਂ ਕਿਉਂਕਿ ਉਹ ਇੰਡੀਆ ਦੁਆਰਾ ਬਣਾਈ ਗਈ ਹੈ ਤੇ ਉਹਨਾਂ ਨੂੰ ਬੜਾ ਮਾਣ ਹੈ ਕਿ ਇੰਡੀਆ ਨੇ ਇਹ ਦਵਾਈ ਬਣਾਈ ਤੇ ਭਰੋਸਾ ਕੀਤਾ ਜਾਵੇ ਨਹੀਂ ਐਦਾਂ ਨਹੀਂ ਇੰਡੀਆ ਚ ਕੋਈ ਗਲਤ ਚੀਜ਼ਾਂ ਵੀ ਬਣ ਸਕਦੀਆਂ ਨੇ ਹੁਣ ਇੱਕ ਹੋ ਹੋਰ ਟ੍ਰੈਂਡ ਹੈ ਜਿੰਨੀ ਛੋਟੀ ਨਿਊਜ਼ ਹੋਵੇਗੀ ਓਨੀ ਆਪਾਂ ਉਹਨੂੰ ਸੁਣਨਾ ਪਸੰਦ ਕਰਦੇ ਆ ਹੁਣ ਜੇ YouTube ਦੀ ਗੱਲ ਕਰੀਏ ਜੇ ਵੀਡੀਓ 2 ਜਾਂ 3 ਮਿੰਟ ਦੀ ਆਪਾਂ ਕਹਿੰਦੇ ਹਾਂ ਸੁਣ ਲੈਨੇ ਆ ਐਸ ਕੰਪੇਅਰ ਟੂ ਵੀ ਜਾਂ 30 ਮਿੰਟ ਦੀ ਵੀਡੀਓ ਜਿਹਦੇ ਵਿੱਚ ਤੱਥ ਜ਼ਿਆਦਾ ਹੋ ਸਕਦੇ ਨੇ ਨਿਊਜ਼ ਚੈਨਲ ਵੀ ਉਹਨਾਂ ਦਾ ਇੱਕ ਸੈਗਮੈਂਟ ਹੈ ਲਗਭਗ ਹਰ ਨਿਊਜ਼ ਚੈਨਲ ਤੇ ਕਿ 60 ਮਿੰਟ 'ਚ 60 ਨਿਊਜ਼ਾਂ ਮਤਲਬ 1 ਮਿੰਟ ਚ 1 ਖਬਰ ਸੁਣਾਉਣਗੇ ਮਤਲਬ ਤੁਸੀਂ ਹਿਸਾਬ ਲਾ ਸਕਦੇ ਕੋਈ 1 ਮਿੰਟ ਚ ਉਹ ਕਿਹੜੇ ਤੱਥ ਤੁਹਾਨੂੰ ਦੇ ਦੇਣਗੇ ਕਿ ਤੁਸੀਂ ਨਿਊਜ਼ ਤੇ ਭਰੋਸਾ ਕਰ ਸਕੋ ਪਰ ਨਹੀਂ ਜਿੰਨੀ ਛੋਟੀ ਨਿਊਜ਼ ਆਪਣੀ ਅਟੈਂਸ਼ਨ ਉਹਦੇ ਵੱਲ ਜ਼ਿਆਦਾ ਜਾਂਦੀ ਏ ਕਿ ਆਪਣਾ ਜ਼ਿਆਦਾ ਟਾਈਮ ਵੇਸ ਨਾ ਹੋਵੇ ਅੱਛਾ ਅਗਲਾ ਪੁਆਇੰਟ ਅਗਲਾ ਪੁਆਇੰਟ ਏ ਕਿ ਮਿਸ ਇਨਫੋਰਮੇਸ਼ਨ ਨੂੰ ਗਲਤ ਜਾਣਕਾਰੀ ਨੂੰ ਰੋਕਣਾ ਜੇ ਤੁਹਾਡਾ ਕੋਈ ਫਰੈਂਡ ਤੁਹਾਨੂੰ ਲੱਗ ਰਿਹਾ ਕਿ ਮਿਸ ਇਨਫੋਰਮੇਸ਼ਨ ਜਾਂ ਫੇਕ ਨਿਊਜ਼ ਫੈਲਾ ਰਿਹਾ ਹਮੇਸ਼ਾ ਟਰਾਈ ਕਰੋ ਕਿ ਉਹਨਾਂ ਨੂੰ ਤੁਸੀਂ ਮੈਸੇਜ ਕਰੋ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਹੁਣ ਆਨਲਾਈਨ ਪ੍ਰੋਬਲਮ ਇਹ ਵੇ ਕਿ ਤੁਸੀਂ ਕਿਸੇ ਨੂੰ ਵੀ ਗਲਤ ਨਹੀਂ ਕਹਿ ਸਕਦੇ ਜੇ ਤੁਸੀਂ ਸਿੱਧਾ ਕਮੈਂਟ ਕਰੋਗੇ ਕਿ ਨਹੀਂ ਨਹੀਂ ਮੈਂ ਨਹੀਂ ਮੰਨਦਾ ਕਿ ਇਦਾਂ ਹੋਇਆ ਨਹੀਂ ਕੋਸ਼ਿਸ਼ ਕਰੋ ਕਿ ਉਹਨਾਂ ਨਾਲ ਤੁਸੀਂ ਪਹਿਲ ਨੂੰ ਗੱਲਬਾਤ ਕਰੋ ਹੁਣ ਇੰਟਰਨੈਟ ਤੇ ਆਪਾਂ ਕਿੰਨੀਆਂ ਡਿਬੇਟਾਂ ਕਿੰਨੀਆਂ ਆਰਗੂਮੈਂਟਸ ਕਰਦੇ ਆ ਕਮੈਂਟਾਂ ਦੇ ਵਿੱਚ ਉਹਦਾ ਕਦੀ ਆਪਾਂ ਦੇਖਿਆ ਕਿ ਸਿੱਟਾ ਨਿਕਲਿਆ ਕਿਸੇ ਚੀਜ਼ ਦਾ ਨਹੀਂ ਉਹਦਾ ਸਿੱਟਾ ਨਹੀਂ ਨਿਕਲ ਸਕਦਾ ਜਦੋਂ ਤੁਸੀਂ ਕਿਸੇ ਨੂੰ ਗਲਤ ਸਿੱਧਾ ਹੀ ਕਹਿ ਦਿੰਦੇ ਹੋ ਉਹ ਜਾਂ ਤਾਂ ਤੁਹਾਨੂੰ ਸੁਣਦੇ ਹੀ ਨਹੀਂ ਜਾਂ ਤੁਹਾਨੂੰ ਮੰਨਦੇ ਨੇ ਕਿ ਇਹ ਬੰਦਾ ਬੇਫਕੂਫ ਹੈ ਬਟ ਨਹੀਂ ਜਦੋਂ ਤੁਸੀਂ ਪ੍ਰੋਡਕਟਿਵ ਗੱਲਬਾਤ ਕਰਦੇ ਹੋ ਤੇ ਸ਼ਾਇਦ ਤੁਸੀਂ ਉਹਨਾਂ ਦਾ ਨਜ਼ਰੀਆ ਚੇਂਜ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰੋ ਤੁਸੀਂ ਹਮੇਸ਼ਾ ਸਕਸੈਸਫੁਲ ਨਹੀਂ ਰਹੋਗੇ ਬਟ ਐਟ ਲੀਸਟ ਕੁਝ ਪਰਸੈਂਟ ਚਾਂਸਸ ਤੇ ਹੈ ਕਿ ਉਹ ਮਿਸ ਇਨਫੋਰਮੇਸ਼ਨ ਨੂੰ ਰੋਕਣ ਦੇ ਵਿੱਚ ਤੁਸੀਂ ਸਹਾਈ ਹੋਵੋ ਅਗਲਾ ਪੁਆਇੰਟ ਹਮੇਸ਼ਾ ਤੱਥਾਂ ਦੇ ਉੱਤੇ ਜ਼ਿਆਦਾ ਧਿਆਨ ਰੱਖੋ ਨਾ ਕਿ ਕਿਸੇ ਦੀ رائے ਦੇ ਉੱਤੇ ਹੁਣ ਤੁਸੀਂ ਮੰਨ ਲਓ ਕਿ ਕਿਸੇ ਤੁਸੀਂ ਸੈਲਿਬ੍ਰਿਟੀ ਨੂੰ ਫੋਲੋ ਕਰਦੇ ਹੋ ਜਾਂ ਕਿਸੇ ਨੇਤਾ ਨੂੰ ਫੋਲੋ ਕਰਦੇ ਹੋ ਤੇ ਤੁਸੀਂ ਉਹਨਾਂ ਦੇ ਬੜੇ ਤਗੜੇ ਫੈਨ ਹੋ ਤੇ ਉਹ ਸਟੇਜ ਤੋਂ ਕੁਝ ਬੋਲੇ ਜਾਂ ਇੰਟਰਨੈਟ ਤੇ ਕੁਝ ਬੋਲੇ ਤੁਸੀਂ ਬਲਾਈਂਡਲੀ ਜ਼ਿਆਦਾਤਰ ਚਾਂਸ ਨੇ ਕਿ ਲੋਕੀ ਬਲਾਈਂਡਲੀ ਫੋਲੋ ਕਰਦੇ ਨੇ ਹੁਣ ਜਿਹੜੇ ਅੰਧਪਕਤ ਨੇ ਮੋਦੀ ਦੇ ਮੋਦੀ ਕੋਸ਼ ਵੀ ਬੋਲ ਦਵੇ ਉਹ ਲਕੀਰ ਦੇ ਫਕੀਰ ਹੋ ਜਾਂਦੇ ਨਹੀਂ ਜਾਂ ਪੱਥਰ ਦੀ ਲਕੀਰ ਉਹਨਾਂ ਵਾਸਤੇ ਅ ਵਜ ਜਾਂਦੀ ਏ ਕਿ ਮੋਦੀ ਨੇ ਕਿਹਾ ਤੇ ਸਹੀ ਹੀ ਕਿਹਾ ਹੋਵੇਗਾ ਨਹੀਂ ਹਮੇਸ਼ਾ ਕੋਸ਼ਿਸ਼ ਕਰੋ ਜੇ ਤੁਸੀਂ ਨਿਊਜ਼ ਦੇਖਦੇ ਹੋ ਉਹ ਉਹਨਾਂ ਦੀ opinion ਹੈ ਹੁਣ ਮੈਂ ਇਹ ਵੀਡੀਓ ਬਣਾ ਰਿਹਾ ਇਹ ਮੇਰੀ opinion ਹੈ ਤੁਸੀਂ ਹਮੇਸ਼ਾ ਤੁਹਾਡੇ ਕੋ ਇੰਟਰਨੈਟ ਐਕਸੈਸ ਹੈ ਹਮੇਸ਼ਾ ਤੁਸੀਂ ਤੱਥ ਜਾਂ ਫੈਕਟ ਚੈੱਕ ਕਰ ਸਕਦੇ ਹੋ ਤੇ ਕਰਨੇ ਵੀ ਚਾਹੀਦੇ ਨੇ ਇਸ ਤਰ੍ਹਾਂ ਆਪਾਂ ਥੋੜੀ মিডিਆ ਨੂੰ ਨੱਥ ਪਾ ਸਕਦੇ ਆ ਜਾਂ ਮਿਸ ਇਨਫੋਰਮੇਸ਼ਨ ਨੂੰ ਥੋੜੀ ਨੱਥ ਪਾ ਸਕਦੇ ਆ ਅਗਲਾ ਪੁਆਇੰਟ ਆਪਣੀ ਕਹਾਵਤ ਹੈ ਖੂਦ ਦਾ ਡੱਡੂ ਖੂਦ ਦੇ ਡੱਡੂ ਆਪਾਂ ਨਾ ਬਣੀ ਐ ਜੇ ਕਿਸੇ ਨਾਲ ਆਪਾਂ ਡਿਸਐਗਰੀ ਕਰਦੇ ਆ ਆਪਾਂ ਨੂੰ ਆਨਲਾਈਨ ਜਾ ਕੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਫੋਲੋ ਕਰਕੇ ਉਹਨਾਂ ਦੇ ਵਿਚਾਰ ਸੁਣਨੇ ਚਾਹੀਦੇ ਨੇ ਤੇ ਹਮੇਸ਼ਾ ਉਤਸੁਕਤ ਰਹਿਣਾ ਚਾਹੀਦਾ ਹਮੇਸ਼ਾ ਕਿਉਰੀਅਸ ਰਹਿਣਾ ਚਾਹੀਦਾ ਹੈ ਕਿ ਕਿਉਂ ਇਹ ਬੰਦਾ ਇਦਾਂ ਕਿਉਂ ਸੋਚ ਰਿਹਾ ਜਦੋਂ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਉਹ ਲੋਕਾਂ ਨੂੰ ਫੋਲੋ ਕਰਦੇ ਆ ਜਿਨ੍ਹਾਂ ਨਾਲ ਆਪਾਂ ਡਿਸਐਗਰੀ ਕਰਦੇ ਆ ਤੇ ਆਪਾਂ ਫੋਰਸ ਕਰਦੇ ਆ ਸੋਸ਼ਲ ਮੀਡੀਆ ਨੂੰ ਆਪਾਂ ਨੂੰ ਬੈਲੈਂਸਡ ਨਿਊਜ਼ ਦੇਣ ਵਾਸਤੇ ਜਿੱਥੇ ਆਪਾਂ ਨੂੰ ਐਗਰੀ ਵਾਲੀ ਨਿਊਜ਼ ਵੀ ਆ ਰਹੀ ਹੈ ਡਿਸਐਗਰੀ ਵਾਲੀ ਨਿਊਜ਼ ਵੀ ਆ ਰਹੀ ਹੈ ਆਪਾਂ ਦੋਵਾਂ ਨੂੰ ਦੇਖ ਕੇ ਦੋਵਾਂ ਨੂੰ ਸੁਣ ਕੇ ਪੜ੍ਹ ਕੇ ਇੱਕ non biased opinion ਆਪਣੀ ਫਾਰਮ ਕਰ ਸਕਦੇ ਆ ਪੋਜ਼ਿਟਿਵ 네ਗੇਟਿਵ ਤੇ ਹਮੇਸ਼ਾ ਫੈਕਟ ਚੈੱਕ ਕਰਕੇ ਹੀ ਦੋਵਾਂ ਸਾਈਡਾਂ ਚੈੱਕ ਕਰਕੇ ਹੀ ਆਪਾਂ ਨੂੰ ਆਪਣੀ opinion ਫਾਰਮ ਕਰਨੀ ਚਾਹੀਦੀ ਹੈ ਤੇ ਮੈਂ ਕਹਾਂਗਾ ਕਿ ਆਪਣੇ ਖੂਚੋਂ ਹਮੇਸ਼ਾ ਲੋਕਾਂ ਨੂੰ ਬਾਹਰ ਨਿਕਲਣਾ ਚਾਹੀਦਾ ਅਗਲਾ ਪੁਆਇੰਟ ਇੰਟਰਨੈਸ਼ਨਲ ਨਿਊਜ਼ ਨੂੰ ਫੋਲੋ ਕਰਨਾ ਇੰਟਰਨੈਸ਼ਨਲ ਨਿਊਜ਼ ਦੀਆਂ ਵੀਡੀਓਜ਼ ਦੇਖਣਾ ਇਹ ਬੜਾ ਇੱਕ ਵਧੀਆ ਆ 뷰ਪੁਆਇੰਟ ਰਹਿੰਦਾ ਕਿ ਆਪਾਂ ਕਿੱਥੇ ਖੜੇ ਆ ਆ ਪੂਰੀ ਦੁਨੀਆ ਦੇ ਵਿੱਚ ਘਰੇ ਰਹਿ ਕੇ ਜਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣੇ ਦੇਸ਼ ਦੇ ਚੈਨਲਾਂ ਨੂੰ ਹੀ ਸੁਣਨਾ ਉਹ ਆਪਾਂ ਨੂੰ ਇਦਾਂ ਦਾ 뷰 ਨਹੀਂ ਦਿੰਦਾ ਜੋ ਆਪਾਂ ਨੂੰ ਇੰਟਰਨੈਸ਼ਨਲ ਮੀਡੀਆ ਦੇ ਸਕਦਾ ਤੇ ਇੰਟਰਨੈਸ਼ਨਲ ਮੀਡੀਆ ਨੂੰ ਸੁਣਨਾ ਤੇ ਇਹ ਵੀ ਸੁਣਨਾ ਕਿ ਦੂਜੇ ਲੋਕੀ ਆਪਣੇ ਬਾਰੇ ਕੀ ਸੋਚਦੇ ਨੇ ਜਾਂ ਕਿੱਦਾਂ ਦੇਖਦੇ ਨੇ ਇਹ ਵੀ ਥੋੜਾ ਹੈਲਪਫੁਲ ਹੋ ਸਕਦਾ ਆਪਣੇ 뷰 ਨੂੰ ਚੇਂਜ ਕਰਨ ਦੇ ਵਿੱਚ ਅੱਜਕੱਲ ਬੜਾ ਮਹਿਮਾਨਨਾ ਸੌਖਾ ਹੈ ਗੁੱਸੇ ਹੋ ਜਾਣਾ ਕਿਸੇ ਵੀ ਨਿਊਜ਼ ਨੂੰ ਦੇਖ ਕੇ ਜਾਂ ਨਿਰਾਸ਼ ਹੋ ਜਾਣਾ ਕਿਸੇ ਵੀ ਵੀਡੀਓ ਨੂੰ ਦੇਖ ਕੇ ਤੇ ਮੀਡੀਆ ਇਹੀ ਚਾਹੁੰਦੀ ਹੈ ਕਿ ਆਪਾਂ ਹਮੇਸ਼ਾ ਇਮੋਸ਼ਨਲ ਰਹੀਏ ਜਿੰਨੇ ਆਪਾਂ ਇਮੋਸ਼ਨਲ ਹੋਵਾਂਗੇ ਆਪਣੀ ਅਟੈਂਸ਼ਨ ਉਹਨਾਂ ਨਿਊਜ਼ ਜਾਂ ਉਹਨਾਂ ਵੀਡੀਓਜ਼ ਉੱਤੇ ਜ਼ਿਆਦਾ ਜਾਏਗੀ ਬਟ ਚੰਗੀ ਗੱਲ ਇਹ ਹੈ ਕਿ ਆਪਾਂ ਹੁਣ ਵੀ ਇੰਨੀ ਜ਼ਿਆਦਾ ਪਾਵਰ ਰੱਖਦੇ ਆ ਕਿ মিডিਆ ਨੂੰ ਆਪਾਂ ਚੇਂਜ ਕਰ ਸਕੀਏ ਉਹਨਾਂ ਨੂੰ ਆਪਾਂ ਇਨਫਲੂਐਂਸ ਕਰ ਸਕੀਏ ਹਰੇਕ ਚੀਜ਼ ਦੇ ਹਰੇਕ ਚੀਜ਼ ਦਾ ਇੱਕ ਰੂਲ ਹੁੰਦਾ ਹੈ ਸਪਲਾਈ ਤੇ ਡਿਮਾਂਡ ਹੁਣ ਜੇ ਤੁਸੀਂ ਤੁਹਾਡੇ ਸੋਸ਼ਲ ਮੀਡੀਆ ਤੇ ਜਾਂ ਤੁਹਾਡੇ YouTube ਦੇ ਪੇਜ ਤੇ ਸਿਰਫ ਨੈਗੇਟਿਵ ਨਿਊਜ਼ਾਂ ਹੀ ਆ ਰਹੀਆਂ ਨੇ ਤਾਂ ਤੁਹਾਨੂੰ ਮੰਨਣਾ ਪਏਗਾ ਤੁਹਾਨੂੰ ਨੈਗੇਟਿਵ ਨਿਊਜ਼ਾਂ ਹੀ ਪਸੰਦ ਨੇ ਕਿ ਕਿਸੇ ਦਾ ਘਟਾਪਾ ਚੜ ਗਿਆ ਕਿਸੇ ਪਾਰਟੀ ਨਾਲ ਇਹ ਹੋ ਗਿਆ ਕਿਸੇ ਪਾਰਟੀ ਨਾਲ ਉਹ ਹੋ ਗਿਆ ਜੇ ਤੁਸੀਂ ਐਦਾਂ ਦੀਆਂ ਨਿਊਜ਼ ਹੀ ਦੇਖੋਗੇ ਜਿਹਦੇ ਨਾਲ ਤੁਹਾਡੀ ਲਾਈਫ 'ਚ ਕੋਈ ਫਰਕ ਪੈਣ ਵਾਲਾ ਨਹੀਂ ਤੇ ਮੰਨੋ ਤੁਹਾਨੂੰ ਉਦਾਂ ਦੀਆਂ ਹੀ ਨਿਊਜ਼ਾਂ ਮਿਲਣਗੀਆਂ ਤੇ ਜਿੱਦਾਂ ਮੈਂ ਕਿਹਾ ਕਿ ਆਪਾਂ ਨੂੰ ਹਰੇਕ ਸਾਈਡ ਨੂੰ ਫੋਲੋ ਕਰਨਾ ਚਾਹੀਦਾ ਹਰੇਕ ਸਾਈਡ ਨੂੰ ਸੁਣਨਾ ਚਾਹੀਦਾ ਹੁਣ ਲਾਸਟ ਮੈਂ ਇਹੀ ਕਵਾਂਗਾ ਕਿ ਜੇ ਤੁਸੀਂ ਕਿਸੇ ਚੈਨਲ ਨੂੰ ਜਾਂ ਨਿਊਜ਼ ਨੂੰ ਜਾਂ ਕਿਸੇ ਸਟੋਰੀ ਨੂੰ ਹੇਟ ਕਰਦੇ ਹੋ ਤਾਂ ਉਹਨੂੰ ਇਗਨੋਰ ਕਰੋ ਜੇ ਕਿਸੇ ਚੀਜ਼ ਨੂੰ ਤੁਸੀਂ ਪੋਜ਼ਿਟਿਵ ਮੰਨਦੇ ਹੋ ਉਹਦੇ ਨਾਲ ਇੰਗੇਜ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਉੱਤੇ ਰਿਸਰਚ ਕਰੋ ਨਾ ਕਿ ਉਹਦੇ ਤੇ ਆਪਣਾ ਗੁੱਸਾ ਕੱਢੋ ਜਾਂ ਉੱਤੇ ਡਿਬੇਟ ਕਰੋ ਤੇ ਇਹ ਸੀ ਅੱਜ ਦਾ ਐਪੀਸੋਡ ਆਈ ਹੋਪ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਨਾ ਚੈਨਲ ਵਧੀਆ ਲੱਗੇ ਤੇ ਸਬਸਕ੍ਰਾਈਬ ਕਰਨਾ ਹੁਣ ਇਹ ਸਾਰੇ ਵੀਡੀਓਜ਼ ਆਡੀਓ ਫਾਰਮ ਚ ਵੀ ਅਵੇਲੇਬਲ ਨੇ ਸਪੋਟੀਫਾਈ ਤੇ ਜਾਂ ਐਪਲ ਪੋਡਕਾਸਟ ਸਾਰਿਆਂ ਪਲੇਟਫਾਰਮਸ ਤੇ ਆਲਮੋਸਟ ਅਵੇਲੇਬਲ ਨੇ ਤੇ ਹੁਣ ਮੈਂ ਲੈਨਾ ਤੁਹਾਡੇ ਤੋਂ ਇਜਾਜ਼ਤ ਹੁਣ ਮਿਲਦੇ ਆਂ ਆਪਾਂ ਅਗਲੇ ਐਪੀਸੋਡ ਚ ਮੈਂ ਤੁਹਾਡਾ ਆਪਣਾ ਕਾਕਾ ਬਲੀ ਨਾਮ ਮੇਰਾ ਗਗਨਦੀਪ ਸਿੰਘ ਸਸਿਆਤਾ